ਔਰ ਵੈਲਕਮ ਬੈਕ ਟੂ ਮਾਈ ਜਨਨ ਬੀਏ ਇਸ ਮਿਸਟਰ 4 ਹਿਸਟਰੀ ਆਫ ਪੰਜਾਬ ਦੇ ਵਿੱਚ ਸ਼ਾਰਟ ਕੁਸ਼ਨ ਕਰਾਂਗੀ ਲਾਸਟ ਵੀਡੀਓ ਹੈ ਤਾਂ ਬੰਦਾ ਸਿੰਘ ਬਹਾਦਰ ਠੀਕ ਹੈ ਇਸ ਤੋਂ ਬਾਅਦ ਦੇ ਵਿੱਚ ਮਿਸਲਾਂ ਵਾਲੇ ਕੁਸ਼ਨ ਇਹ ਸਾਰੇ ਕਵਰ ਕਰਾਂਗੇ ਤਾਂ ਇੰਪੋਰਟੈਂਟ ਕੁਸ਼ਨ ਹੈ ਵੀਡੀਓ ਨੂੰ ਐਂਡ ਤੱਕ ਬਿਨਾਂ ਸਕਿਪ ਕਰੇ ਦੇਖਿਓ ਲਾਸਟ ਮਿੰਟ ਕੁਇਕ ਪ੍ਰੈਪਰੇਸ਼ਨ ਹੈ ਤੇ ਬੰਦਾ ਸਿੰਘ ਬਹਾਦਰ ਕੌਣ ਸੀ ਇਤਿਹਾਸ ਦੇ ਵਿੱਚ ਪੰਜਾਬ ਦੇ ਬਹੁਤ ਉੱਗਾ ਸਥਾਨ ਇਹਨਾਂ ਨੂੰ ਪ੍ਰਾਪਤ ਹੈ ਬਚਪਨ ਦਾ ਨਾਮ ਸੀ ਇਹਨਾਂ ਨਾਲ ਲਛਮਣ ਦੇ ਅਤੇ ਬਾਅਦ ਵਿੱਚ ਇਹਨਾਂ ਨੇ ਆਪਣਾ ਨਾਮ ਰੱਖ ਲਿਆ ਮਾਧੋਦਾਸ ਅਤੇ 1708 ਵਿੱਚ ਨੰਦੇੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦੀ ਮੁਲਕਾਤ ਹੋਈ ਤਾਂ ਉਸ ਦੇ ਨਾਲ ਉਸ ਦੇ ਜੀਵਨ ਬਹੁਤ ਜ਼ਿਆਦਾ ਬਦਲ ਗਿਆ ਤੇ ਉਹ ਇੱਕ ਮਹਾਨ ਯੋद्धा ਸੀ ਬਹੁਤ ਵਧੀਆ ਲੜਾਈਆਂ ਜਿਹੜੀਆਂ ਸੀ ਲੜਦਾ ਸੀ ਤਾਂ ਗੁਰੂ ਜੀ ਨੇ ਜਿਹੜਾ ਹੈ ਇਹ ਇਸ ਨੂੰ ਜਿਹੜਾ ਸੀਗਾ ਬੰਦਾ ਸਿੰਘ ਬਹਾਦਰ ਇਸ ਨੂੰ ਨਾਮ ਦਿੱਤਾ ਅਤੇ ਨਾਲ ਹੀ ਜਿਹੜਾ ਹੈ ਅਨੇਕਾਂ ਲੜਾਈਆਂ ਦੇ ਵਿੱਚ ਵੀ ਇਸ ਨੇ ਮੁਗਲਾਂ ਨੂੰ ਚੰਗਾ ਸਬਕ ਸਿਖਾਇਆ ਉਸ ਨੇ ਪੰਜਾਬ ਵਿੱਚ ਪਹਿਲਾ ਸਿੱਖ ਸਮਰਾਟ ਜਿਹੜਾ ਸੀਗਾ ਸਥਾਪਿਤ ਕੀਤਾ ਅਤੇ ਫਿਰ ਜਿਹੜਾ ਸੀ 1716 ਨੂੰ ਦਿੱਲੀ ਵਿਕੇ ਸ਼ਹੀਦ ਕੀਤਾ ਗਿਆ ਤਾਂ ਇਹਨਾਂ ਨੇ ਬਦਲਾ ਵੀ ਲਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਕੁਰਬਾਨੀਆਂ ਉਹਨਾਂ ਨੇ ਆਪਣੇ ਪਰਿਵਾਰ ਦੀਆਂ ਦਿੱਤੀਆਂ ਸੀਗੀਆਂ ਉਹਦੇ ਕਰਕੇ ਹੁਣ ਬੰਦਾ ਸਿੰਘ ਬਹਾਦਰ ਬੇਰਾਗੀ ਕਿਉਂ ਬਣ ਗਿਆ ਸੀ ਕਿਉਂਕਿ ਇਹਨੂੰ ਸ਼ਿਕਾਰ ਦਾ ਬਚਪਨ ਚ ਬਹੁਤ ਸ਼ੌਂਕ ਸੀ ਇਸਨੇ ਕੀ ਕੀਤਾ ਸੀਗਾ ਇੱਕ ਹਿਰਨੀ ਨੂੰ ਮਾਰ ਦਿੱਤਾ ਸੀ ਜੋ ਕਿ ਗਰਭਵਤੀ ਸੀ ਤਾਂ ਉਹਦੇ ਸਾਹਮਣੇ ਹੀ ਹਿਰਨੀ ਅਤੇ ਉਸਦੇ ਪੇਟ ਦੇ ਅੰਦਰ ਜਿਹੜਾ ਬੱਚਾ ਸੀਗਾ ਉਹ ਬਹੁਤ ਤੜਫ ਤੜਫ ਕੇ ਮਰ ਗਿਆ ਤੇ ਇਸ ਨਾਲ ਉਹਨਾਂ ਦੇ ਦਿਲ ਤੇ ਬੜਾ ਡੂੰਘਾ ਅਸਰ ਪਿਆ ਤੇ ਉਹ ਬੇਰਾਗੀ ਬਣ ਕੇ ਸਮਾਣਾ ਦੀ ਜਿੱਤ ਤਾਂ ਸਮਾਣਾ ਵਿਖੇ ਗੁਰਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਦਿਆਂ ਦੀਵਾਰ ਵਿੱਚ ਚੁਣੌਣ ਵਾਲਾ ਜਲਾਦ ਰਹਿੰਦੇ ਸੀਗੇ ਠੀਕ ਹੈ ਤਾਂ ਬੰਦਾ ਸਿੰਘ ਬਹਾਦਰ ਨੇ 1709 ਵਿੱਚ ਸਮਾਣਾ ਤੇ ਬੜਾ ਜ਼ੋਰਦਾਰ ਹਮਲਾ ਕੀਤਾ ਤੇ ਸਿੱਖਾਂ ਨੇ ਖੰਡਰਾਂ ਦੇ ਢੇਰ ਦੇ ਵਿੱਚ ਸਮਾਣੇ ਨੂੰ ਬਦਲਤਾ ਤਾਂ ਇਹ ਪਹਿਲੀ ਜਿੱਤ ਸੀਗੀ ਸਮਾਣੇ ਦੀ ਕਿਸ ਦੀ ਬੰਦਾ ਸਿੰਘ ਬਹਾਦਰ ਦੀ ਸਡੋਰੇ ਦੀ ਜਿੱਤ ਇਹ ਥਾਣਿਆਂ ਜਿੱਤਾਂ ਬਹੁਤ ਇੰਪੋਰਟੈਂਟ ਨੇ ਤਾਂ ਕਰਕੇ ਮੈਂ ਤੁਹਾਨੂੰ ਤਿੰਨ ਤਿੰਨ ਚਾਰ ਚਾਰ ਲਾਈਨਾਂ ਦੇ ਵਿੱਚ ਫਟਾਫਟ ਦੱਸ ਰਹੀਆਂ ਤਾਂ ਸਡੋਰਾ ਦਾ ਸ਼ਾਸਕ ਉਸਮਾਨ ਖਾਨ ਆਪਣੇ ਅਤਿਆਚਾਰਾਂ ਲਈ ਬਹੁਤ ਬਦਨਾਮ ਸੀ ਤਾਂ ਪੀਰ ਬੁੱਧੂ ਸ਼ਾਹ ਨੂੰ ਉਸਨੇ ਇਸ ਲਈ ਕਤਲ ਕਰਵਾਤਾ ਕਿਉਂਕਿ ਪੰਗਾਣੀ ਦੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਪੀਰ ਬੁੱਧੂ ਸ਼ਾਹ ਨੇ ਕੀਤੀ ਸੀ ਠੀਕ ਹੈ ਤਾਂ ਉਸਮਾਨ ਖਾਨ ਇੰਨਾ ਅਤਿਆਚਾਰੀ ਸੀ ਤਾਂ ਬੰਦਾ ਸਿੰਘ ਬਹਾਦਰ ਇਹਨਾਂ ਸਾਰੀਆਂ ਚੀਜ਼ਾਂ ਦਾ ਬਦਲਾ ਲੈਣਾ ਚਾਹੁੰਦਾ ਸੀ ਤਾਂ ਕਰਕੇ ਉਸਨੇ ਕਿਸਤੇ ਹਮਲਾ ਕਰਤਾ ਸਡੋਰਾ ਤੇ ਠੀਕ ਹੈ ਤਾਂ ਇੱਥੇ ਮੁਸਲਮਾਨਾਂ ਦਾ ਇੰਨੀ ਵੱਡੀ ਗਿਣਤੀ ਦੇ ਵਿੱਚ ਉਸਨੇ ਕਤਲੇਆਮ ਕੀਤਾ ਕਿਸ ਡੋਰਾ ਦਾ ਨਾਮ ਕਤਲਗੜੀ ਪੈ ਗਿਆ ਸੀਗਾ ਸਰੰਦ ਦੀ ਜਿੱਤ ਜਾਂ ਫਿਰ ਚੱਪੜ ਚਿੜੀ ਦਾ ਯੁੱਧ ਇਹ ਵੀ ਬਹੁਤ ਇੰਪੋਰਟੈਂਟ ਕੁਐਸ਼ਨ ਹੈ ਸਰੰਦ ਦੇ ਫੌਜਦਾਰ ਵजीर खान ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜੋ ਰਾਵੜ ਸਿੰਘ ਫਤਿਹ ਸਿੰਘ ਨੂੰ ਕਾਂਦੇ 'ਚ ਜਿੰਦਾ ਚੜਵਾਤਾ ਤੇ ਇਸ ਅਪਮਾਨ ਦਾ ਬਦਲਾ ਲੈਣ ਲਈ 1710 ਵਿੱਚ ਬੰਦਾ ਸਿੰਘ ਬਹਾਦਰ ਨੇ ਚੱਪੜ ਚਿੜੀ ਨਾਮ ਦੇ ਸੰਤ ਤੇ ਵजीर खान ਦੀਆਂ ਫੌਜਾਂ ਤੇ ਹਮਲਾ ਕਰਤਾ ਇਸ ਹਮਲੇ ਦੇ ਵਿੱਚ ਜਿਹੜਾ ਸੀ ਸਿੱਖਾਂ ਨੇ ਮੁਸਲਮਾਨ ਦੇ ਆਹੂ ਲਾਤੇ ਮਤਲਬ ਬਹੁਤ ਕਤਲकांड ਕੀਤਾ ਵजीर खान ਨੂੰ ਵੀ ਮਾਰਤਾ ਅਤੇ লাশ ਨੂੰ ਦਰਖਤ ਦੇ ਨਾਲ ਲਟਕਾਤਾ ਦੇਖੋ ਇੰਨੀ ਬੁਰੀ ਤਰ੍ਹਾਂ ਜਿਹੜਾ ਸੀ ਇਸ ਨੇ ਬਦਲ ਲਿਆ ਤਾਂ ਸਿੱਖਾਂ ਦੇ ਹੌਸਲੇ ਬਹੁਤ ਜ਼ਿਆਦਾ ਵੱਧ ਗਏ ਸੀ ਗੁਰਦਾਸ ਨੰਗਲ ਦੀ ਲੜਾਈ ਗੁਰਦਾਸ ਨੰਗਲ ਦੀ ਲੜਾਈ ਜਿਹੜੀ ਇਹ ਬੰਦਾ ਸਿੰਘ ਬਹਾਦਰ ਨੇ 1715 ਦੇ ਵਿੱਚ ਬਹਿਰਾਮਪੁਰ ਮਟਾਲਾ ਕਲਾ ਨੌਰ ਤੇ ਪ੍ਰਦੇਸ਼ਾਂ ਦੇ ਉੱਤੇ ਕਬਜ਼ਾ ਕੀਤਾ ਪੰਜਾਬ ਦੇ ਨਵੇਂ ਸੂਬੇਦਾਰ ਬਣੇ ਅਬਦੁੱਸ ਸੰਮਤ ਸਮਤਖਾਂ ਨੇ ਗੁਰਦਾਸ ਨੰਗਲ ਦੇ ਸਥਾਨ ਤੇ ਅਚਾਨਕ ਤੇ ਸਿੱਖਾਂ ਉੱਤੇ ਅਚਾਨਕ ਹਮਲਾ ਕਰਤਾ ਤਾਂ ਬੰਦਾ ਸਿੰਘ ਬਹਾਦਰ ਦੂਨੀ ਚੰਦੀ ਹਵੇਲੀ ਵਿੱਚ गिर ਗਿਆ ਇਹ ਘੇਰਾ 8 ਮਹੀਨਿਆਂ ਤੱਕ ਜਿਹੜਾ ਹੈ ਚੱਲਦਾ ਰਿਹਾ ਅੰਤ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਆਪਣੀ ਹਾਰ ਮੰਨਣੀ ਪਈ ਕਿਉਂਕਿ ਰਾਸ਼ਨ ਪਾਣੀ ਅੰਦਰ ਖਤਮ ਹੋ ਗਿਆ ਸੀ ਪਲੱਸ ਜਿਹੜਾ ਹੈ 1716 ਨੂੰ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ ਠੀਕ ਹੈ ਗੁਰਦਾਸ ਨੰਗਲ ਦੀ ਜਿਹੜੀ ਇਹ 8 ਮਹੀਨੇ ਦੀ ਥੋੜੀ-ਬੋਤੀ ਲੜਾਈ ਚੱਲਦੀ ਈ ਐ ਤੋ ਬਾਅਦ ਤਾਂ ਸਿੱਖ ਰਾਜ ਜਿਹੜਾ ਸੀ ਇਸਨੇ ਕਿਦਾਂ ਸਥਾਪਿਤ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਜਿਹੜਾ ਸੀਗਾ ਇਹਨੂੰ ਲੀਡਰ ਚੁਣ ਲਿਆ ਸੀ ਵੀ ਤੂੰ ਅਗਵਾਈ ਕਰਨੀ ਹੈ ਜਦੋਂ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਪੰਜਾਬ ਪਹੁੰਚਿਆ ਉਹ ਸਿੱਖਾਂ ਨੇ ਵੱਧ ਚੜ ਕੇ ਉਸ ਨੂੰ ਸਹਿਯੋਗ ਦਿੱਤਾ ਕਿਉਂਕਿ ਗੁਰੂ ਜੀ ਦੇ ਬਚਨ ਸੀਗੇ ਹੈਨਾ ਤਾਂ ਬੰਦਾ ਸਿੰਘ ਬਹਾਦਰ ਨੇ ਕੈਂਥਲ ਸਮਾਣਾ ਕਪੂਰੀ ਸਡੋਰਾ ਨੂੰ ਲੁੱਟਿਆ ਤੇ ਬਹੁਤ ਸਾਰੇ ਮੁਸਲਮਾਨਾਂ ਦਾ ਕਤਲ ਕੀਤਾ ਸਰਾਂਦੇ ਦੀ ਜਿੱਤ ਅਤੇ ਉਸ ਦੀ ਜਿਹੜੀ ਹੈ ਇਸ ਚੀਜ਼ ਕਰਕੇ ਬੰਦਾ ਸਿੰਘ ਬਹਾਦਰ ਦੀ ਇਹ ਬਹੁਤ ਵੱਡੀ ਸਫਲਤਾ ਸੀ ਉਸ ਨੇ ਲੋਗੜ ਨੂੰ ਜਿਹੜਾ ਸੀਗਾ ਆਪਣੀ ਰਾਸਤਾਨੀ ਬਣਾਇਆ ਤੇ ਨਵੇਂ ਸਿੱਕੇ ਚਲਾਏ ਠੀਕ ਹੈ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ 19 ਜੂਨ ਨੂੰ ਹੋਈ ਸੀ 716 ਦਿੱਲੀ ਵਿਖੇ ਅਤੇ ਉਸ ਟਾਈਮ ਮੋਗਲਾਂ ਦਾ ਬਾਦਸ਼ਾ ਸੀ ਫਾਰੂਕ ਸੀਆ ਇਸ ਸ਼ਹੀਦੀ ਦੇ ਨਾਲ ਸਿੱਖ ਹੋਰ ਜੋਸ਼ ਦੇ ਵਿੱਚ ਆ ਗਏ ਅਰੰਭਿਕ ਸਫਲਤਾਵਾਂ ਹੁਣੇ ਆਪਾਂ ਪਿੱਛੇ ਫੜ ਕੇ ਹਟਿਆ ਕਿ ਉਹਨੇ ਕੀ ਕੀ ਜਿੱਤਿਆ ਸੀ ਹੈਨਾ ਤਾਂ ਸਫਲਤਾਵਾਂ ਆਪਾਂ ਇਹ ਵੀ ਲਿਖ ਸਕਦੇ ਹਾਂ ਪਲੱਸ ਜਿਹੜਾ ਹੈ ਉਸਨੇ ਕੋਹਰ ਅਤਿਆਚਾਰ ਜਿਹੜੇ ਮੁਗਲ ਕਰ ਰਹੇ ਸੀ ਉਹਨਾਂ ਉਹਨਾਂ ਦੇ ਅਤਿਆਚਾਰ ਦਾ ਸਹਿਣ ਕਰਨ ਵਾਲੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਇੱਕ ਝੰਡੇ ਥੱਲੇ ਬੰਦਾ ਸਿੰਘ ਬਹਾਦਰ ਨੇ ਇਕੱਠਾ ਕੀਤਾ ਔਰੰਗਜ਼ੇਬ ਦੇ ਉਤਰਾਧਿਕਾਰੀ ਕਮਜ਼ੋਰ ਸੀ ਤਾਂ ਵੀ ਇਹ ਸਫਲ ਹੋਇਆ ਇੱਕ ਯੋਗ ਬਹਾਦਰ ਸਨ ਨਾ ਪਤੀ ਸੀ ਇਸ ਕਰਕੇ ਵੀ ਇਹ ਸਫਲ ਹੋਇਆ ਅਤੇ ਪੰਜਾਬ ਦੇ ਲੋਕਾਂ ਨੇ ਵੀ ਇਸ ਨੂੰ ਪੂਰਾ ਫੁੱਲ ਸਹਿਯੋਗ ਦਿੱਤਾ ਤਾਂ ਕਰਕੇ ਵੀ ਇਹ ਸਫਲ ਹੋਇਆ ਅਸਫਲਤਾ ਕਿਉਂ ਹੋਈ ਕਿਉਂਕਿ ਇਹਦੇ ਸਾਧਨ ਐਂਡ ਵਿੱਚ ਆਂਦੇ ਆਂਦੇ ਸੀਮਤ ਹੋ ਗਏ ਸੀ ਦੂਜਾ ਇਸ ਨੇ ਗੁਰੂ ਗੋਬਿੰਦ ਸਿੰਘ ਦੀਆਂ ਹਦਾਇਤਾਂ ਦੀ ਉਲੰਘਣਾ ਜਿਹੜੀ ਸੀ ਕਰਨੀ ਸ਼ੁਰੂ ਕਰ ਦਿੱਤੀ ਦੂਜੀ ਗੱਲ ਹੈਗੀ ਕਿ ਇਸ ਨੇ ਰਾਜਸੀ ठाट ਜਿਹੜੇ ਸੀਗੇ ਅਪਣਾ ਲਏ ਸੀ ਤੇ ਉਸ ਦੇ ਉੱਤੇ ਪੈਸਾ ਬਹੁਤ ਖਰਚਦਾ ਸੀ ਬੰਦਾ ਸਿੰਘ ਬਹਾਦਰ ਨੇ ਬినੋਦ ਬੰਦਾ ਸਿੰਘ ਬਹਾਦਰ ਨਾਲ ਤੇ ਬినੋਦ ਸਿੰਘ ਦੇ ਵਿਚਾਰ ਮਤਭੇਦ ਪੈਦਾ ਹੋ ਗਈ ਕਿਉਂਕਿ ਇਹ ਦੋਨੋਂ ਹੀ ਜਿਹੜੇ ਹੈਗੇ ਨੇ ਬਹੁਤ ਵੱਡੇ ਸੈਨਾਪਤੀ ਸੀ ਹੈ ਨਾ ਤੋਂ ਤਾਂ ਕਰਕੇ ਅੱਦੇ ਜਿਹੜੇ ਸੈਨਿਕ ਸੀ ਉੱਤਰ ਵੀ ਚਲੇ ਗਏ ਸੀਗੇ ਪੰਜਾਬ ਦੇ ਸੂਬੇਦਾਰ ਅਬਦੁੱਸ ਸਮਸ ਸੰਮਦ ਖਾਨ ਨੇ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਕੁਚਲਣ 'ਚ ਕੋਈ ਕਸਰ ਵੀ ਨਹੀਂ ਛੱਡੀ ਠੀਕ ਹੈ ਤਾਂ ਪ੍ਰਸ਼ਾਸਨਿਕ ਸੁਧਾਰੇ ਦੇ ਦਸੂ ਜ਼ਿਮੀਦਾਰੀ ਪ੍ਰਥਾਏ ਨੇ ਖਤਮ ਕੀਤੀ ਗਰੀਬਿਆਂ ਨੂੰ ਗਰੀਬ ਜਿਹੜੇ ਲੋਕ ਸੀ ਇਹ ਦਲਿਤ ਜਿਹੜੇ ਲੋਕ ਸੀ ਉਹਨੂੰ ਉੱਚੇ ਹਉਦੇ ਦਿੱਤੇ ਨਿਰਪੱਖ ਨਿਆਂ ਦਿੱਤਾ ਤੇ ਬਹੁਤ ਸਾਸੀ ਸੀ ਸਾਸੀ ਦਾ ਆਪਾਂ ਨੇ ਹੁਣੇ ਪਿੱਛੇ ਪੜ ਕੇ ਹਟਿਆ ਕਿ ਬਹੁਤ ਬਹਾਦਰੀ ਉਹਦੇ ਅੰਦਰ ਸੀ ਕਦੇ ਵੀ ਵੱਡੀ ਮੁਸੀਬਤੇ ਘਪਰਾਉਂਦਾ ਨਹੀਂ ਸੀ ਜਦੋਂ ਘਿਰ ਗਿਆ ਸੀ ਲੋਗੜ ਦੇ ਕਿਲੇ ਜੇ ਤਦ ਵੀ ਉਸਨੇ ਜਿਹੜਾ ਹੈ ਕਿੰਨੀ ਦੇਰ ਉਹ ਲੜਦਾ ਰਿਹਾ ਕਿੰਨੇ ਮਹੀਨੇ ਸਾਰਾ ਜੀਵਨ ਉਹਦਾ ਬਹਾਦਰੀ ਕਾਰਨਾ ਮੈਂ ਭਰਪੂਰਾ ਤੇ ਉਸਨੇ ਗੁਰੂ ਜੀ ਦੇ ਜਿਹੜੇ ਬੱਚਿਆਂ ਦੀ ਕੁਰਬਾਨੀ ਹੋਈ ਸੀ ਛੋਟੇ ਸ਼ਹਿਬ ਜਨਨ ਦੀ ਉਹਦਾ ਵੀ ਜਿਹੜਾ ਸੀ ਬਦਲਾ ਲਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਆਪਣਾ ਚੈਪਟਰ ਨੈਕਸਟ ਸਿੱਖਾਂ ਦਾ ਰਾਜਨੀਤਿਕ ਸੰਘਰਸ਼ ਅਬਦੂ ਸੰਬੰਧ ਖਾਂ ਹੁਣ ਦੇਖੋ ਜਦੋਂ ਬੰਦਾ ਸਿੰਘ ਬਹਾਦਰ ਦੀ ਡੈਥ ਹੋ ਗਈ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਸਿੱਖਾਂ ਦਾ ਜਿਹੜਾ ਸਟਰਗਲ ਸੀ ਉਹ ਵੱਧ ਗਿਆ ਸੀ ਤੇ ਉਹ ਡੋਲਣੇ ਸਟਾਰਟ ਹੋ ਗਏ ਸੀਗੇ ਕਿਉਂਕਿ ਉਹਨਾਂ ਦੇ ਜਿਹੜੇ ਨੇਤਾ ਸੀਗੇ ਹੈਨਾ ਤਾਂ ਜਿਹੜਾ ਬੰਦਾ ਸਿੰਘ ਬਹਾਦਰ ਸੀਗਾ ਬਹੁਤ ਡਿਲੇਟ ਸੀ ਉਹੀ ਜਦੋਂ ਉਹਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਥੋੜੇ ਹਿੰਨੇ ਸਟਾਰਟ ਹੋ ਗਏ ਸੀਗੇ ਤਾਂ ਅਬਦੁਸ ਸਮਸ ਖਾਂ ਜਿਹੜਾ ਸੀ 1713 ਨੂੰ ਲਾਹੌਰ ਦਾ ਸੁਬੇਦਾਰ ਬਣਿਆ ਸਿੱਖਾਂ ਤੇ ਕੋਰ ਅਤਿਆਚਾਰ ਕੀਤੇ ਤਾਂ ਇਸ ਚੀਜ਼ ਤੋਂ ਖੁਸ਼ ਹੋ ਕੇ ਜਿਹੜਾ ਉਸ ਟਾਈਮ ਦਾ ਮੁਗਲ ਬਾਦਸ਼ਾਹ ਸੀ ਫਾਰੂਖਸ਼ੀਰ ਉਸਨੇ ਉਸ ਨੂੰ ਰਾਜ ਦੀ ਤਲਵਾਰ ਦੀ ਉਪਾਧੀ ਦਿੱਤੀ ਮੁਗਲ ਅਤਿਆਚਾਰਾਂ ਤੋਂ ਬਚਣ ਲਈ ਸਿੱਖਾਂ ਨੇ ਖੁਦ ਨੂੰ ਜੱਥਿਆਂ ਦੇ ਵਿੱਚ ਜਿਹੜਾ ਸੀਗਾ ਸੰਗਠਿਤ ਕਰ ਲਿਆ ਸੀ ਜੱਥੇ ਮੀਸ ਜਿਹੜੀਆਂ ਅੱਗੇ ਜਾ ਕੇ ਮਿਸਲਾਂ ਬਣੀਆਂ ਨੇ 12 ਠੀਕ ਹੈ ਤਾਂ ਪਹਿਲਾਂ ਜਿਹੜੀਆਂ ਸੀ ਜੱਥੇ 5 ਸੀ ਫਿਰ ਉਸ ਤੋਂ ਬਾਅਦ ਜਿਹੜੇ ਸੀਗੇ ਫਿਰ 25 ਹੋ ਗਏ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ 65 ਦੇ ਕਰੀਬ ਹੋ ਗਏ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਫੇਰ ਦੁਬਾਰਾ ਜਿਹੜਾ ਹੈ 12 ਮਿਸਲਾਂ ਜਿਹੜੀਆਂ ਸੀ ਹੌਲੀ-ਹੌਲੀ ਬਣ ਕੇ ਸੀ ਅਬਦੁੱਸਮੰਦ ਸਮੰਦ ਖਾਂ ਆਪਣੇ ਸਭ ਯਤਨਾਂ ਦੇ باوجود ਸਿੱਖਾਂ ਦਾ ਦਮਨ ਕਰਨ ਚ ਸਫਲ ਰਹਾ ਅਤੇ 726 ਦੇ ਵਿੱਚ ਉਸ ਨੂੰ ਹਟਾ ਦਿੱਤਾ ਗਿਆ ਬੰਦਾਈ ਖਾਲਸਾ ਤਤ ਖਾਲਸਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਚ ਆਪਸੀ ਫੁੱਟ ਆ ਗਈ ਤਤ ਖਾਲਸਾ ਬੰਦਾਈ ਖਾਲਸਾ ਦੋ ਜਿਹੜੇ ਸੀਗੇ ਮੁੱਖ ਸੰਪਰਦਾਵਾਂ ਜਿਹੜੀਆਂ ਸੀਗੀਆਂ ਉਹ ਵੰਡੀਆਂ ਗਈਆਂ ਤਤ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦੇ ਧਾਰਮਿਕ ਉਸੂਲਾਂ ਦੇ ਡ੍ਰਿਡ ਸਮਰਥਕ ਸੀ ਤਾਂ ਬਦਈ ਖਾਲਸਾ ਵਾਲੇ ਜਿਹੜਾ ਸੀ ਬੰਦਾ ਹੀ ਯਾਨੀ ਕਿ ਬੰਦਾ ਠੀਕ ਹੈ ਬੰਦਾ ਸਿੰਘ ਬਹਾਦਰ ਨੂੰ ਇਹ ਆਪਣਾ ਗੁਰੂ ਮੰਨਣ ਲੱਗੇ ਅਤੇ ਤਤ ਖਾਲਸਾ ਵਾਲੇ ਕੀ ਕਰਦੇ ਸੀਗੇ ਆਪਸ ਵਿੱਚ ਮਿਲਣ ਸਮੇਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਹਿੰਦੇ ਸੀ ਜਦੋਂ ਕਿ ਬਦਈ ਖਾਲਸਾ ਫਤਿਹ ਧਰਮ ਫਤਿਹ ਦਰਸ਼ਨ ਸ਼ਬਦ ਯੂਜ਼ ਕਰਦੇ ਸੀਗੇ ਠੀਕ ਹੈ ਤਾਂ ਤਤ ਖਾਲਸਾ ਵਾਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਸੀ ਤੇ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਦਾ ਜਿਹੜਾ ਸੀਗਾ ਬੁਲਾਰਾ ਦਿੰਦੇ ਸੀਗੇ ਪਰ ਬੰਦਾ ਹੀ ਖਾਲਸਾ ਵਾਲੇ ਬੰਦਾ ਸਿੰਘ ਮਾਤਨ ਨੂੰ ਮੰਨਦੇ ਸੀ ਫਤਿਹ ਧਰਮ ਫਤਿਹ ਦਰਸ਼ਨ ਨੂੰ ਜਿਹੜਾ ਸੀਗਾ ਇਹ ਸ਼ਬਦਾਂ ਦਾ ਯੂਜ਼ ਕਰਦੇ ਸੀ ਤਤ ਖਾਲਸਾ ਵਾਲੇ ਨੀਲੇ ਕੱਪੜੇ ਪਾਉਂਦੇ ਸੀ ਤੇ ਬੰਦਾ ਹੀ ਖਾਲਸਾ ਵਾਲੇ ਇਹ ਬੰਦਾ ਪਾਦਰ ਵਾਲੇ ਕਿਹੜੇ ਪਾਉਂਦੇ ਸੀ ਰੈੱਡ ਫਾਈਨ ਤੇ ਸਹਿਜਤਾ ਦੀ ਸਿੱਖ ਕਿਹੜੇ ਹੁੰਦੇ ਸੀ ਉਹ ਸਿੱਖ ਜਿਹੜੇ ਸਥਿਤਿਕ ਸਿਧਾਂਤਾਂ 'ਤੇ ਵਿਸ਼ਵਾਸ ਰੱਖਦੇ ਸੀ ਪਰ ਅਮਰਤ ਨਹੀਂ ਸੀ ਛੱਕਦੇ ਠੀਕ ਹੈ ਉਹਨਾਂ ਨੇ ਅਮਰਤ ਨਹੀਂ ਸੀ ਛਕਿਆ ਹੁੰਦਾ ਅਤੇ ਕਿਉਂਕਿ ਅਬਦੂ ਸੰਮਤ ਖਾਣੇ ਸਿਖਾਤੇ ਜੁਰਮ ਕੀਤੇ ਤਾਂ ਇਸ ਕਰਕੇ ਜਿਹੜਾ ਹੈ ਸਹਿਜਤਾ ਦੀ ਸਿੱਖਾਂ ਨੇ ਆਪਣੇ ਕੇਸ ਤੇ ਦਾੜੀ ਨਹੀਂ ਸੀ ਰੱਖੇ ਤਾਂ ਕਿ ਉਹ ਪਛਾਣੇ ਨਾ ਜਾਣਣ ਲੋੜ ਪੈਣ ਤੇ ਗੁਪਤ ਰੂਪ ਵਿੱਚ ਸਿੱਖਾਂ ਨੂੰ ਧੰਨ ਵਗੈਰਾ ਅਨਾਜ ਵਗੈਰਾ ਪਹੁੰਚਾਉਂਦੇ ਰਹਿੰਦੇ ਸੀ ਠੀਕ ਹੈ ਤਾਂ ਸਿੱਖਾਂ ਅੰਮ੍ਰਿਤ ਨਹੀਂ ਸੀ ਚੱਕਿਆ ਦਾੜੀ ਕੇਸ ਨਹੀਂ ਸੀ ਰੱਖੇ ਬਟ ਇਹਨਾਂ ਨੇ ਜਿਹੜਾ ਹੈ ਬਚਣ ਲਈ ਮੁਸਲਮਾਨ ਤੋਂ ਇਹ ਸਾਰਾ ਕੁਝ ਕੀਤਾ ਸੀ ਠੀਕ ਹੈ ਤਾਂ ਬਾਅਦ ਦੇ ਵਿੱਚ ਜਦੋਂ ਉਹ ਕਈ ਤਾਂ ਕੀ ਹੁੰਦਾ ਸੀਗਾ ਕਿ ਸਿੱਖ ਧਰਮ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਕੇ ਬਾਅਦ ਚ ਅੰਮ੍ਰਿਤ ਛੱਕ ਲੈਂਦੇ ਸੀ ਪਰ ਲੇਕਿਨ ਇਹ ਸਹਿਜਤਾਰੀ ਸਿੱਖ ਜਿਹੜੇ ਸੀਗੇ ਭਾਰੀ ਸੰਕਟ ਦੇ ਟਾਈਮ ਬਹੁਤ ਹੀ ਜ਼ਿਆਦਾ ਸਿੱਖਾਂ ਨੂੰ ਕੀ ਦਿੰਦੇ ਸੀ ਮਦਦ ਦਿੰਦੇ ਸੀ ਜਕਰੀਆ ਖਾਨ 1726 ਦੇ ਵਿੱਚ ਲਾਹੌਰ ਦਾ ਸੂਬੇਦਾਰ ਨਿਯੁਕਤ ਹੋਇਆ ਸਿੱਖਾਂ ਨੂੰ ਕੁਝ ਕਰਨ ਲਈ ਜਕਰੀਆ ਖਾਨ ਨੇ ਉਹਨਾਂ ਦੇ ਨੇਤਾ ਕਪੂਰ ਸਿੰਘ ਨੂੰ ਠੀਕ ਹੈ ਸਰਦਾਰ ਕਪੂਰ ਸਿੰਘ ਨੂੰ 1 ਲੱਖ ਰੁਪਏ ਦੀ ਜਾਗੀਰ ਨਵਾਬ ਦੀ ਉਪਾਦੀ ਵੀ ਜਿਹੜੀ ਸੀ ਦੇਤੀ ਸੀ ਜਿਹੜਾ ਕਿ ਆਪਾਂ ਨੇ ਪੜਿਆ ਕਿ ਨਵਾਬ ਕਪੂਰ ਸਿੰਘ ਨੂੰ ਇਸ ਨੇ ਅ ਨਵਾਬ ਦੀ ਉਪਾਦੀ ਇਸ ਨੇ ਦਿੱਤੀ ਸੀ ਤਾਂ ਜਕਰੀਆ ਖਾਨ ਨੇ 1738 ਦੇ ਵਿੱਚ ਹਰਮੰਦਰ ਸਾਹਿਬ ਦੇ ਵਿਖੇ ਮੁਖਪਾਈ ਜਿਹੜੇ ਗ੍ਰੰਥੀ ਸੀਗੇ ਭਾਈ ਮਨੀ ਸਿੰਘ ਨੂੰ ਸ਼ਹੀਦ ਕਰਤਾ ਜ਼ਕਰੀਆ ਖਾਨ ਦੇ ਕਾਲ ਚੀ ਭਾਈ ਬੋਤਾ ਸਿੰਘ ਭਾਈ ਮਹਿਤਾਬ ਸਿੰਘ ਭਾਈ ਸੁਖਾ ਸਿੰਘ ਬਾਲਗ ਇਕਤਰਾਏ ਅਤੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਹੋਈ ਸੀ ਜਿਸ ਕਰਕੇ ਸਿੱਖਾਂ 'ਚ ਨਵਾਂ ਜੋਸ਼ ਪੈਦਾ ਹੋ ਗਿਆ ਤਾਂ 1745 ਦੇ ਵਿੱਚ ਜ਼ਕਰੀਆ ਖਾਨ ਦੀ ਵੀ ਮੌਤ ਹੋ ਗਈ। ਹੈਦਰੀ ਝੰਡਾ ਠੀਕ ਹੈ ਜ਼ਕਰੀਆ ਖਾਨ ਨੇ ਸਿੱਖਾਂ ਦਾ ਮਲਿਆ ਮੇਟ ਕਰਨ ਦੀ ਜਿਹਹਾਦ ਦਾ ਨਾਰਾ ਲਾਇਆ। ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਉਹਦੇ ਝੰਡੇ ਦੇ ਹੇਠਾਂ ਆ ਗਏ ਕਿਉਂਕਿ ਉਸਨੇ ਧਰਮ ਦੇ ਨਾਮ ਤੇ ਜੜਾ ਸੀ ਯੁੱਧ ਕਰਨਾ ਸ਼ੁਰੂ ਕਰ ਦਿੱਤਾ ਸੀ। ਤਾਂ ਇਹਦੇ ਮੁਬਾਰਕ ਇੱਕ ਦਿਨ ਹੈਦਰੀ ਝੰਡਾ ਦਿੱਤਾ ਗਿਆ ਤੇ ਇਹ ਐਲਾਨ ਕੀਤਾ ਗਿਆ ਕਿ ਇਸ ਝੰਡੇ ਦੇ ਦਿਨ ਲੰਡਨ ਵਾਲਿਆਂ ਨੂੰ ਅੱਲਾ ਜਰੂਰ ਫਤਿਹ ਦੇਵੇਗਾ ਤਾਂ 7000 ਸਿੱਖਾਂ ਨੇ ਇਹਨਾਂ ਗਾਜ਼ੀਆਂ ਦੇ ਉੱਤੇ ਅਚਾਨਕ ਹਮਲਾ ਕਰਕੇ ਹਜ਼ਾਰਾਂ ਗਾਜ਼ੀਆਂ ਨੂੰ ਕਤਲ ਕਰ ਦਿੱਤਾ ਤਾਂ ਮੁਗਲ ਸਰਕਾਰ ਨੂੰ ਬਹੁਤ ਭਾਰੀ ਸੱਟ ਵੱਜੀ ਬੁੱਢਾ ਦਲ ਅਤੇ ਤਰਨਾ ਦਲ ਬਹੁਤ ਇੰਪੋਰਟੈਂਟ ਕੁਐਸਚਨ ਹੈ ਮੁਗਲਾਂ ਨਾਲ ਸਮਝੌਤਾ ਹੋਣ ਤੋਂ ਬਾਅਦ ਕਿਉਂਕਿ ਇਹਨੂੰ ਅਪਵਾਦੀ ਮਿਲ ਗਈ ਸੀ ਨਵਾਬ ਦੀ ਠੀਕ ਹੈ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਸੁਨੇਹਾ ਭੇਜਿਆ ਕਿ ਮੁਰਤੂ ਆਪਣੇ ਘਰਾਂ ਵਿੱਚ ਆ ਜਾਣ 1734 ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਦੋ ਜਥਿਆਂ ਵਿੱਚ ਇਹਨਾਂ ਨੂੰ ਸੰਗਠਿਤ ਕੀਤਾ ਠੀਕ ਹੈ ਦੋ ਦਲ ਸਿੱਖਤਾ ਬੁੱਢਾ ਜਿਹਦੇ ਵਿੱਚ 40 ਸਾਲ ਤੋਂ ਉਮਰ ਵਾਲੇ ਵਡੇਰੀ ਉਮਰ ਵਾਲੇ ਸਿੱਖ ਸੀ ਤਰੁਣਾ ਦਲ ਜਿਹਦੇ ਵਿੱਚ 40 ਤੋਂ ਘੱਟ ਵਾਲੇ ਜਿਹੜੇ ਸੀਗੇ ਉਹ ਸਿੱਖ ਹੁੰਦੇ ਸੀਗੇ ਠੀਕ ਹੈ ਬੁੱਢਾ ਦੇ ਵਿੱਚ 40 ਤੋਂ ਉੱਪਰ ਤਰੁਣਾ ਵਿੱਚ 40 ਤੋਂ ਘੱਟ ਮਤਲਬ 18 17 ਸਾਲ ਤੋਂ ਲੈ ਕੇ 40 ਸਾਲ 39 40 ਸਾਲ ਤੱਕ ਫੇਰ ਤਰੁਣਾ ਦਾਲ ਜਿਹੜਾ ਸੀਗਾ ਇਹ ਜੰਗ ਲੜਕਿਆਂ ਵਾਲਾ ਤੇ ਇਹ ਅਗੋ ਪੰਜ ਜੱਥਿਆਂ ਦੇ ਵਿੱਚ ਜਿਹੜਾ ਸੀਗਾ ਵੰਡਿਆ ਗਿਆ ਠੀਕ ਹੈ ਬੁੱਢਾ ਦਾਲ ਕੀ ਕਰਦਾ ਸੀਗਾ ਧਾਰਮਿਕ ਸਥਾਨਾਂ ਦੀ ਦੇਖਪਾਲ ਕਰਦਾ ਸੀ ਤੇ ਤਰੁਣਾ ਦਾਲ ਕਿਉਂਕਿ ਨੌਜਵਾਨੀ ਦੇ ਵਿੱਚ ਤਾਂ ਉਹ ਕੀ ਕਰਦੇ ਸੀਗੇ ਦੁਸ਼ਮਣਾਂ ਨਾਲ ਮੁਕਾਬਲਾ ਕਰਦੇ ਸੀ ਭਾਈ ਮਨੀ ਸਿੰਘ ਕੀ ਸੀ ਹਰਮੰਦਰ ਸਾਹਿਬ ਦੇ ਮੁੱਢ ਤੋਂ ਹੀ ਗ੍ਰੰਥੀ ਚੱਲਦੇ ਆ ਰਹੇ ਸੀ 1721 ਤੋਂ ਤੇ ਉਹਨਾਂ ਨੇ ਜ਼ਕਰੀਆ ਖਾਨ ਨੂੰ ਬੇਨਤੀ ਕੀਤੀ ਕਿ ਜੇ ਕਰੋ ਸਿੱਖਾਂ ਨੂੰ ਦੀਵਾਲੀ ਦੇ ਮੌਕੇ ਹਰਮੰਦਰ ਸਾਹਿਬ ਆਉਣ ਦੀ ਇਜਾਜ਼ਤ ਦੇ ਜੇ ਤਾਂ ਉਹ 5000 ਰੁਪਏ ਉਸ ਨੂੰ ਪੇਂਟ ਕਰਨਗੇ ਜ਼ਕਰੀਆ ਖਾਨ ਨੇ ਇਹ ਪੇਸ਼ਕਾ ਸਵੀਕਾਰ ਕਰ ਲਈ ਅਤੇ ਨਾਲ ਹੀ ਅੰਮ੍ਰਿਤਸਰ ਤੇ ਵੀ ਹਮਲਾ ਕਰ ਲਿਆ ਭਾਈ ਮਨੀ ਸਿੰਘ ਜੀ ਇਹ ਪੈਸਾ ਨਾ ਦੇ ਸਕੇ ਅਤੇ ਸਿੱਟੇ ਦੇ ਵਜੋਂ ਉਹਨਾਂ ਨੇ ਜਿਹੜਾ ਸੀਗਾ ਜ਼ਕਰੀਆ ਖਾਨ ਨੇ ਉਹਨਾਂ ਨੂੰ ਤਸੀਹੇ ਦੇ ਕੇ ਭਾਈ ਮਨੀ ਸਿੰਘ ਨੂੰ ਸ਼ਹੀਦ ਕਰਤਾ ਤੇ ਸਿੱਖਾਂ ਵਿੱਚ ਹੋਰ ਗੁੱਸਾ ਆ ਗਿਆ ਕਿਉਂਕਿ ਗ੍ਰੰਥੀ ਸੀਗਾ ਠੀਕ ਹੈ ਉਸ ਤੋਂ ਬਾਅਦ ਹੈ ਹਕੀਕਤ ਰਾਏ ਕੌਣ ਸੀ ਸਿਆਲਕੋਟ ਦਾ ਰਹਿਣ ਵਾਲਾ ਸੀ ਅਤੇ ਕੁਝ ਮੁਸਲਮਾਨ ਮੁੰਡਿਆਂ ਨੇ ਹਿੰਦੂ ਦੇਵੀ ਦੇਵਤਿਆਂ ਦੀ ਸ਼ਾਨ 'ਚ ਕੁਝ અપਮਾਨਜਨਕ ਸ਼ਬਦ ਕਹੇ ਤਾਂ ਹਕੀਕਤ ਰਾਏ ਤੋਂ ਇਹ ਸਹਿਣ ਨਾ ਹੋਇਆ ਤੇ ਉਸਨੇ ਮੁਹੰਮਦ ਹਜਰਤ ਮੁਹੰਮਦ ਦੇ ਬਾਰੇ ਕੁਝ ਜਿਹੜਾ ਹੈ ਓਪੋਜ਼ਿਟ ਬੋਲਤਾ ਕਿਉਂਕਿ ਉਹ ਬੋਲ ਰਹੀ ਸੀ ਤਾਂ ਇਹਨਾਂ ਨੇ ਵੀ ਬੋਲਤਾ ਤਾਂ ਫਿਰ ਜਿਹੜਾ ਹੈ ਹਕੀਕਤ ਰਾਏ ਤੇ ਮੁਕੱਦਮਾ ਚਲਾਇਆ ਗਿਆ ਤੇ ਮੌਦੀ سزا ਦਿੱਤੀ ਗਈ ਕਿਉਂਕਿ ਮੁਸਲਮਾਨਾਂ ਦਾ ਮੁਸਲਮਾਨਾਂ ਦਾ ਸ਼ਾਸਨ ਚੱਲ ਰਿਹਾ ਸੀ ਮੁਗਲਾਂ ਦਾ ਤਾਂ ਕਰਕੇ ਉਹ ਆਪਣੇ ਧਰਮ ਬਾਰੇ ਨਹੀਂ ਸੀ ਸੁਣਨੇ ਲੇਕਿਨ ਉਹਨਾਂ ਨੇ ਹਿੰਦੂ ਦੇਵੀ ਦੇਵਤੇ ਬਾਰੇ ਕ ਭਾਈ ਤਾਰੂ ਕੋਣ ਸੀ ਮੱਝ ਦੇ ਇਲਾਕੇ ਦੇ ਨਿਵਾਸੀ ਸੀ ਪਿੰਡ ਪੂਲਾ ਦੇ ਅਤੇ ਉਹ ਆਪਣੀ ਆਮਦਨ ਦੇ ਵਿੱਚੋਂ ਸਿੱਖਾਂ ਦੀ ਸਹਾਇਤਾ ਕਰਦੇ ਸੀ ਅਤੇ ਸਰਕਾਰ ਦੀ ਨਜ਼ਰਾਂ ਦੇ ਵਿੱਚ ਇੱਕ ਘੋਰ ਪ੍ਰਾਸੀ ਵੀ ਤੁਸੀਂ ਸਿੱਖਾਂ ਦੀ ਕਿਉਂ ਮਦਦ ਕਰਿਓ ਤਦਕਰੀਆ ਖਾਨ ਨੇ ਭਾਈ ਤਾਰੂ ਨੂੰ ਬੁਲਾ ਕੇ ਲਾਹੌਰ ਵਿੱਚ ਇਸਲਾਮ ਧਰਮ ਕਬੂਲਣ ਲਈ ਕਿਹਾ ਕੇਸ ਮਨਉਣ ਲਈ ਕਿਹਾ ਤਾਂ ਭਾਈ ਸਾਹਿਬ ਨੇ ਇਨਕਾਰ ਕਰਤਾ ਅਤੇ ਜਲਾਦਾ ਨੇ ਇਹਨਾਂ ਦੀ ਖੋਪੜੀ ਉਤਾਰ ਦਿੱਤੀ ਤਾਂ ਇਹ ਕੁਰਬਾਨੀ ਬਹੁਤ ਹੀ ਜ਼ਿਆਦਾ ਸਿੱਖ ਧਰਮ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਮੰਨੀ ਜਾਂਦੀਆਂ ਤਾਂ ਇਸ ਲਾਸਾਨੀ ਸ਼ਹਾਦਤ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਜਿਹੜਾ ਸੀ ਪੈਦਾ ਕਰਤਾ ਮਹਿਤਾਬ ਸਿੰਘ ਅਤੇ ਭਾਈ ਤਾਰਾ ਸਿੰਘ ਭਾਈ ਤਾਰਾ ਸਿੰਘ ਅੰਮ੍ਰਿਤਸਰ ਦੇ ਵਸਨੀਕ ਸੀਗੇ ਤੇ ਸਿੱਖ ਪੰਥ ਦੇ ਲਈ ਬਹੁਤ ਬਹਾਦਰੀ ਇਹਨਾਂ ਨੇ ਕੀਤੀ ਲੜਾਈਆਂ 'ਚ ਜਿਹੜਾ ਸੀ ਪਾਰਟਿਸਿਪੇਟ ਕੀਤਾ ਮੁਸਲਮਾਨ ਸਰਕਾਰ ਤੋਂ ਹਿਸੈਣ ਨਹੀਂ ਹੋਇਆ ਤੇ ਉਹਨਾਂ ਨੇ ਤਾਰਾ ਸਿੰਘ ਨੂੰ ਸ਼ਹੀਦ ਕਰਤਾ ਮਹਿਤਾਬ ਸਿੰਘ ਕੌਣ ਸੀ ਪਿੰਡ ਮੰਡਿਆਲਾ ਦੇ ਚੌਧਰੀ ਮੱਸਾ ਸੰਗੜ ਮਸਾ ਰੰਗੜ ਦੇ ਹਰਮੰਦਰ ਸਾਹਿਬ ਦੀ ਪਵਿੱਤਰਤ ਨੂੰ ਜਿਹੜਾ ਸੀਗਾ ਪੰਗ ਕਰਦਾ ਸੀ ਔਰ ਉਹ ਜੋ ਰੋਜ਼ਾਨਾ ਗੁਰਦੁਆਰੇ ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਰਾਬ ਪਿੰਦਾ ਸੀ ਕੰਜਰੀਆਂ ਦੇ ਨਾਚ ਫੇਕਦਾ ਸੀ ਜੂਆ ਖੇਡਦਾ ਸੀ ਠੀਕ ਹੈ ਤਾਂ ਇਸ અપਮਾਨ ਦਾ ਬਦਲਾ ਲੈਣ ਲਈ ਸਿੱਖਾ ਦਾ ਖੂਨ ਖੋ ਰਿਆ ਸੀ ਅਤੇ ਇਹ ਜਿਹੜੇ ਸਿੱਖ ਸੀਗੇ ਇਹ ਮਸਾ ਰੰਗੜ ਨੂੰ ਜਿਹੜਾ ਸੀ ਕਤੂਤਾ ਲਈ ਚੰਗਾ ਸਬਕ ਸਿਖਾਉਣਾ ਚਾਹੁੰਦੇ ਸੀ ਤਾਂ ਇਸ ਕਰਕੇ ਉਹਨਾਂ ਨੇ ਕੀ ਕੀਤਾ ਕਿ ਜ਼ਕਰੀਆ ਖਾਨ ਹਰਮੰਦਰ ਸਾਹਿਬ ਦੇ ਹਲਦ ਵਾਲੇ ਜ਼ਕਰੀਆ ਖਾਨ ਨੇ ਕਈ ਸੈਨਿਕ ਚੌਕੀਆਂ ਸਥਾਪਿਤ ਕੀਤੀਆਂ ਸੀ ਤਾਂ ਮਹਿਤਾਬ ਸਿੰਘ ਤੇ ਭਾਈ ਸੁੱਖਾ ਨੇ ਇੱਕ ਯੋਜਨਾ ਬਣਾਈ ਅਤੇ ਦਲੇਰੀ ਦੇ ਨਾਲ ਮੱਸਾ ਰੰਗੜ ਦਾ ਕਤਲ ਕਰਤਾ ਫਿਰ ਇਹਨਾਂ ਨੂੰ ਭਾਈ ਮਹਿਤਾਬ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਸ਼ਹੀਦ ਕਰਤਾ ਨਦਰ ਸ਼ਾਹ ਕੌਣ ਸੀ ਉਸਨੇ ਭਾਰਤ ਤੇ ਹਮਲਾ ਕਿਉਂ ਕੀਤਾ ਈਰਾਨ ਦਾ ਸ਼ਾਸਕ ਤੇ 1739 ਚ ਭਾਰਤ ਤੇ ਹਮਲਾ ਕੀਤਾ ਭਾਰਤ ਨੂੰ ਲੁੱਟ ਖੁੱਟ ਕਰਨਾ ਚਾਹੁੰਦਾ ਸੀ ਵਧੇਰੇ ਆਪਣੀ ਜਿਹੜੇ ਹੈਗਾ ਮਹਾਨ ਜੇਤੂ ਬਣਨਾ ਚਾਹੁੰਦਾ ਸੀ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੁੰਦਾ ਸੀ ਯਈਆ ਖਾਨ ਕੌਣ ਸੀ ਲਾਹੌਰ ਦਾ ਸੁਬੇਦਾਰ ਠੀਕ ਹੈ ਯਰ ਗਾ ਨਹੀਂ ਯਾਦ ਰਹਿੰਦੇ ਤਾਂ ਕੋਈ ਦਿੱਕਤ ਨਹੀਂ ਹਰੇਕ ਦੇ ਵਿੱਚ ਯਰ ਨਾ ਯਾਦ ਰੱਖੋ ਜਿਹੜੇ ਰਹਿੰਦੇ ਨੇ ਤਾਂ ਜ਼ਰੂਰ ਕਰਿਓ 1746 ਵਿੱਚ ਲਾਹੌਰ ਦਾ ਸੁਪੇਦਾਰ ਬਣਿਆ ਸਿੱਖਾਂ ਵਿਰੁੱਧ ਬਹੁਤ ਸਖਤ ਕਦਮ ਇਹਨੇ ਚੱਕੇ ਸੀ ਯਈਆ ਖਾਨ ਅਤੇ ਦੀਵਾਨ ਲਖਪਤ رائے ਨੇ ਮਈ 1746 ਦੇ ਵਿੱਚ ਲਗਭਗ 7000 ਸਿੱਖਾਂ ਨੂੰ ਕਾਨੂੰਬੰਦ ਨੇੜੇ ਸ਼ਹੀਦ ਕੀਤਾ ਇਸ ਨੂੰ ਛੋਟਾ ਕੱਲੂ ਕਾਰਾ ਵੀ ਕਿਹਾ ਜਾਂਦਾ ਠੀਕ ਹੈ ਤੇ ਯਈਆ ਖਾਨ ਦੇ ਛੋਟੇ ਪ੍ਰਸ਼ਾਦ ਨਵਾਸ ਖਾਨ ਨੇ ਉਸ ਨੂੰ ਕੈਦੀ ਬਣਾ ਲਿਆ ਸੀ ਛੋਟਾ ਕੱਲੂ ਕਾਰਾ ਕਾਨੂੰ ਵਾਨ ਯਾਨੀ ਕਿ ਗੁਰਦਾਸਪੁਰ ਵਿਖੇ ਹੋਇਆ 1746 ਦੇ ਵਿੱਚ ਹੋਇਆ ਮਈ ਦੇ ਵਿੱਚ ਯਾ ਦੇਖੋ ਜਦੋਂ ਆਪਾਂ ਪੇਪਰ ਦੇਣੀ ਹੈ ਮਈ ਦੇ ਵਿੱਚ ਠੀਕ ਹੈ ਤਾਂ ਮਈ ਦੇ ਵਿੱਚ ਇਹ ਗੱਲੂਕਾਰਾ ਗੁਰਦਾਸਪੁਰ ਚ ਹੋਇਆ ਸੀ ਛੋਟਾ ਗੱਲੂਕਾਰਾ ਅਤੇ ਸਿੱਖਾਂ ਦਾ ਕਤਲੇਆਮ ਯਈਆ ਖਾਂ ਤੇ ਲਖਪਤ ਰਾਏ ਨੇ ਕੀਤਾ 7000 ਸਿੱਖ ਸ਼ਹੀਦ ਹੋ ਗਏ ਹੁਣ ਮੀਰ ਮੰਨੂ ਇੰਪੋਰਟੈਂਟ ਕੁਐਸਚਨ ਹੈ ਮੁਇਨ ਉਨ ਮੁਇਨ ਉਲ ਮੁਲਕ ਦੇ ਨਾਮ ਨੇ ਨਾਲ ਜਾਣਿਆ ਜਾਂਦਾ ਹੈ 1748 ਤੋਂ 53 ਤੱਕ ਠੀਕ ਹੈ ਪੰਜਾਬ ਦਾ ਸੂਬੇਦਾਰ ਬਣਿਆ ਰਿਹਾ ਸਿੱਖਾਂ ਦਾ ਕੱਟੜ ਦੁਸ਼ਮਣ ਸੀ ਜਿਨਨੇ ਵੀ ਯਈਆ ਖਾਂ ਮੀਰ ਮੰਨੂ ਹੋਏ ਨੇ ਸਿੱਖਾਂ ਦੇ ਦੁਸ਼ਮਣ ਸੀ ਸਿੱਖਾਂ ਦੇ ਜ਼ੁਲਮ ਕਰਦੇ ਸੀ ਠੀਕ ਹੈ ਤਾਂ ਸਿੱਖਾਂ ਦੇ ਕਤਲ ਲਈ ਉਸਨੇ ਬਹੁਤ ਸਾਰੇ ਨਾਮ ਵੀ ਿਲਾਨ ਕੀਤੇ ਹੋਏ ਸੀ ਅਤੇ ਮੀਰ ਮੰਨੂ ਅਬਦਾਲੀ ਵੱਲੋਂ ਪੰਜਾਬ ਦਾ ਸੂਬੇਦਾਰ ਨਿਯੁਕਤ ਹੋਇਆ ਸੀ ਤਾਂ ਮੀਰ ਮੰਨੂ ਨੂੰ ਕਿਸ ਨੇ ਜਿਹੜਾ ਸੀਗਾ ਇੱਥੇ ਨਿਯੁਕਤ ਕੀਤਾ ਸੀ ਅਹਿਮਦ ਸ਼ਾਹ ਅਬਦਾਲੀ ਨੇ ਤਾ ਮੀਰ ਮੰਨੂ ਆਪਣੀਆਂ ਸਾਰੀਆਂ ਕਾਰਵਾਈਆਂ ਦੇ ਵਿੱਚ ਜਿਹੜਾ ਸੀ ਅਸਫਲ ਰਿਹਾ ਤੇ ਬਾਅਦ ਦੇ ਵਿੱਚ ਉਹਦੀ 553 ਦੇ ਵਿੱਚ ਮੌਤ ਹੋ ਗਈ। ਕਿਉਂ ਸਫਲ ਰਿਹਾ ਕਿਉਂਕਿ ਗੁਰੀਲਾ ਨੀਤੀ ਜਿਹੜੀ ਸੀ ਸਿੱਖ ਯੂਜ਼ ਕਰਨ ਲੱਗੇ ਸੀ ਅਦੀਨਾ ਬੇਗ ਦੀ ਦੋ ਰੰਗੀ ਨੀਤੀ ਕਰਕੇ ਠੀਕ ਹੈ ਦੀਵਾਨ ਕੋੜਾ ਮਲ ਦਾ ਸਿੱਖਾਂ ਨਾਲ ਸਹਿਯੋਗ ਸੀਗਾ। ਦੂਜਾ ਉਹ ਹੋਰ ਸਮੱਸਿਆਵਾਂ 'ਚ ਵੀ ਉਲਝਿਆ ਹੋਇਆ ਸੀ। ਮੁਸਲਾਨੀ ਬੀਗਮ ਕੌਣ ਸੀ ਮੀਰ ਮਨੂ ਦੀ ਵਿਧਵਾ ਅਤੇ ਬਾਅਦ ਦੇ ਵਿੱਚ 1754 ਦੇ ਵਿੱਚ ਆਪਣੇ ਹਸਬੰਡ ਦੀ ਡੈਥ ਤੋਂ ਬਾਅਦ ਜਿਹੜੀ ਸੀ ਸੂਬੇਦਾਰ ਬਣੀ ਬੜੀ ਬੱਚਲੰਸੀ ਬੜੀ ਕੈਰੇਕਟਰਲੈਸ ਸੀ ਅਤੇ ਪੰਜਾਬ ਦੇ ਵਿੱਚ ਅਰਾਜਕਤਾ ਫੈਲਾਦੀ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਕਈ ਵਾਰ ਉਹ ਨੰਗੀ ਹੀ ਜਿਹੜੀ ਸੀਗੀ ਬਾਹਰ ਆ ਜਾਂਦੀ ਸੀਗੀ ਦਰਬਾਰ ਦੇ ਵਿੱਚ ਤਾਂ ਛੇਤੀ ਹੀ ਮੁਗਲਾਨੀ ਬੇਗਮ ਨੂੰ ਗ੍ਰਫਤਾਰ ਕਰ ਲਿਆ ਗਿਆ ਅਤੇ ਨਾਲ ਹੀ ਜਿਹੜਾ ਸੀਗਾ ਦਿੱਲੀ ਤੋਂ ਮੁਗਲਾਨੀ ਬੇਗਮ ਨੇ ਐਮਰ ਸ਼ਾਹ ਅਬਦਾਲੀ ਨੂੰ ਪੰਜਾਬ ਤੇ ਹਮਲਾ ਕਰਨ ਲਈ ਵੀ ਦੇਖੋ ਪ੍ਰੇਰਿਤ ਕੀਤਾ ਤੇ ਉਸਦੇ ਪੰਜਾਬ ਦਾ ਮੂਰ ਸੂਬੇਦਾਰ ਬਣਨ ਦੇ ਸੁਪਨੇ ਵੀ ਜਿਹੜੇ ਸੀ ਅਧੂਰੇ ਰਹਿ ਗਏ ਅਦੀਨਾ ਬੇਗ ਜਿਹੜਾ ਸੀ ਮੀਰ ਮੰਨੂ ਦੇ ਸਮੇਂ ਜਲੰਧਰ ਦੁਆਬ ਦਾ ਫੌਜਦਾਰ ਸੀ ਮੀਰ ਮੰਨੂ ਤੋਂ ਬਾਅਦ ਪੰਜਾਬ ਦਾ ਸੂਬੇਦਾਰ ਬਣਨ ਦੇ ਉਹ ਸੁਪਨੇ ਦੇਖ ਰਿਹਾ ਸੀਗਾ ਕਿਉਂਕਿ ਉਹ ਉਹਦੀ ਵਾਈਫ ਬੈਟੀ ਸੀਗੀ ਠੀਕ ਹੈ દયਪੰਨਾ ਚੁੰਦਾ ਸੀ ਦਿਨਾਂ ਬੇਗਮ ਸੋਰੀ ਬੇਗ ਅਤੇ 1758 ਦੇ ਵਿੱਚ ਮਰਾਠਿਆਂ ਅਤੇ ਸਿੱਖਾਂ ਦੀ ਮਦਦ ਦੇ ਨਾਲ ਉਹ ਪੰਜਾਬ ਦੇ ਸੂਬੇਦਾਰ ਬਣ ਗਿਆ ਬਾਅਦ ਵਿੱਚ ਸਿੱਖਾਂ ਦਾ ਵਿਰੋਧ ਵਿਰੋਧੀ ਹੋ ਗਿਆ ਤਾਂ ਸਿੱਖਾਂ ਦੀ ਸ਼ਕਤੀ ਉਸਨੇ ਕੁਚਲਣ ਦੇ ਯਤਨ ਕੀਤੇ ਪਰ ਅਸਫਲ ਰਿਹਾ ਕੁਝ ਮਹੀਨਿਆਂ ਮਗਰੋਂ ਉਹਦੀ ਮੌਤ ਹੋ ਗਈ ਕੌੜਾ ਮਲ ਮੀਰ ਮੰਨੂ ਦਾ ਸਲਾਹਕਾਰ ਇਕਸੈਸ ਦਾ ਰੀ ਸਿੱਖ ਸਿੱਖਾਂ ਨਾਲ ਹਮਦਰਦੀ ਰੱਖਦਾ ਸੀ ਪਰ ਮੀਰ ਮੰਨੂ ਵੀ ਜਿਹੜਾ ਸੀ ਉਸਤੇ ਡੂੰਗਾ ਵਿਸ਼ਵਾਸ ਕਰਦਾ ਸੀ ਤਾਂ ਉਸ ਦੀ ਸਲਾਹ ਬਿਨਾਂ ਸਿੱਖਾਂ ਵਿਰੁੱਧ ਕਾਰਵਾਈ ਵੀ ਨਹੀਂ ਸੀ ਕਰਦਾ ਹੁੰਦਾ ਜਿਹੜਾ ਮੀਰ ਮੰਨੂ ਸੀ ਉਸ ਨੂੰ ਬਹੁਤ ਮੰਨਦਾ ਸੀ ਇਦਰੋਂ ਇਹ ਜਿਹੜਾ ਸੀ ਸਿੱਖਾਂ ਨਾਲ ਹਮਦਰਦੀ ਰੱਖਦਾ ਸੀ ਦੀਵਾਨ ਕੋੜਾ ਮੰਨ ਅਤੇ ਮੀਰ ਮੰਨੂ ਨੇ ਸਿੱਖਾਂ ਵਿਰੁੱਧ ਕੋਈ ਵੀ ਸਖਤ ਕਰ ਜਿਹੜਾ ਸੀ ਕਦਮ ਚੁੱਕਣ ਦਾ ਨਿਰਣਾ ਕੀਤਾ ਤਾਂ ਕੋੜਾ ਮੰਨ ਨੇ ਬੜੇ ਪਿਆਰ ਨਾਲ ਉਸ ਨੂੰ ਜਿਹੜਾ ਸੀ ਮਨਾ ਕਰ ਦਿੰਦਾ ਸੀ ਤਾਂ ਇਸਾ ਕਰਕੇ ਕੋੜਾ ਮੰਨ ਨੂੰ ਮਿੱਠਾ ਮਲਵੀ ਕਿਹਾ ਜਾਂਦਾ ਹੈ ਫੇਰ ਹੈ ਅਗੇ ਮਿਸਲਾਂ ਤੋਂ ਕੀ ਭਾਵ ਹੈ ਠੀਕ ਹੈ ਮਿਸਲ ਕਿਹਨੂੰ ਕਹਿੰਦੇ ਨੇ ਤਾਂ ਮਿਸਲਾਂ ਹੈ ਆਪਾਂ ਵੱਡੇ ਕੁਐਸਚਨ ਚ ਕਰ ਚੁੱਕੇ ਆ ਕਿ ਸਮਾਨ ਬਰਾਬਰ ਸਿੱਖਾਂ ਦੀਆਂ ਜਿਹੜੀਆਂ ਸੀ 19ਵੀਂ ਸਦੀ ਦੇ ਅੰਤ ਦੇ ਵਿੱਚ 12 ਮਿਸਲਾਂ ਸਥਾਪਿਤ ਹੋਈਆਂ ਸੀ ਅਤੇ ਹਰੇਕ ਮਿਸਲ ਦਾ ਸਰਦਾਰ ਦੂਜੀ ਮਿਸਲ ਦੇ ਸਰਦਾਰ ਨਾਲ ਬਰਾਬਰੀ ਦਾ ਸਲੂਕ ਕਰਦਾ ਸੀ ਤੇ ਇਹ ਪੂਰਨ ਤੌਰ ਤੇ ਆਜ਼ਾਦ ਸੀਗੀਆਂ ਸਾਰੀਆਂ ਮਿਸਲਾਂ ਆਪਣਾ ਜਿੰਨਾ ਵੀ ਰਾਜ ਸੀਗਾ ਵਧਾ ਸਕਦੀਆਂ ਸੀ ਅਤੇ ਇਹ ਜਿਹੜੇ ਸੀ ਇਹ ਸਮਾਨ ਵਿਸ਼ੇਸ਼ਤਾ ਕਰਕੇ ਇਹਨਾਂ ਨੂੰ ਮਿਸਲਾਂ ਕਿਹਾ ਜਾਂਦਾ ਸੀ ਫੈਜ਼ਲਪੁਰੀਆ ਮਿਸਲ ਨਵਾਬ ਕਪੂਰ ਸਿੰਘ ਦੀ ਸੀਗੀ ਠੀਕ ਹੈ ਤੇ ਫੈਜ਼ਲਪੁਰ ਪਿੰਡ ਦੇ ਵਿੱਚ ਵਸਾਈ ਸੀ ਤਾਂ ਇਹ ਲੌਂਗ ਕੁਐਸਚਨ ਤੁਸੀਂ ਪੜਿਆ ਹੋਇਆ ਤਾਂ ਇਹ ਜਿਹੜਾ ਹੈ ਮੈਂ ਹੋਲ ਫਟਾਫਟ ਕਰਾਂਗੀ ਠੀਕ ਹੈ ਫੈਜ਼ਲਪੁਰੀਆ ਮਿਸਲ ਅਦੀਨ ਜਲੰਧਰ ਪੱਟੀ ਨੂਰਪੁਰ ਜਿਹੜੇ ਉਧਰ ਵਾਲੇ ਇਸੇ ਸ਼ਾਮਿਲ ਕਰ ਲਈ 1753 ਦੇ ਵਿੱਚ ਕਪੂਰ ਸਿੰਘ ਤੋਂ ਬਾਅਦ ਖੁਸ਼ਾਲ ਸਿੰਘ ਅਤੇ ਫਿਰ ਬੁੱਧ ਸਿੰਘ ਇਸ ਮਿਸਲ ਦੀ ਅਗਵਾਈ ਇਹਨਾਂ ਨੇ ਕੀਤੀ ਪੰਗੀ ਮਿਸਲ ਜਿਹੜੀ ਸੀ ਛੱਜਾ ਸਿੰਘ ਨੇ ਸਥਾਪਨਾ ਕੀਤੀ ਪਰ ਹਰੀ ਸਿੰਘ ਜਿਹੜੇ ਸੀ ਇਸ ਦਾ ਅਸਲੀ ਆਗੂ ਹੈ ਪੰਗੀ ਨਸਲ ਦਾ ਉਸ ਤੋਂ ਬਾਅਦ ਢੰਡਾ ਸਿੰਘ ਗੰਡਾ ਸਿੰਘ ਚੜ੍ਹ ਸਿੰਘ ਇਸ ਦੇ ਆਗੂ ਬਣੇ ਅਤੇ ਲਾਹੌਰ ਅੰਮ੍ਰਿਤਸਰ ਗੁਜਰਾਤ ਸਿਆਲਕੋਟ ਆਦੀ ਪ੍ਰਦੇਸ਼ਾਂ ਤੇ ਅਧਿਕਾਰ ਇਹਨਾਂ ਨੇ ਨਿਕਾਲ ਲਿਆ ਮਿਸਲ ਦਾ ਨਾਮ ਪੰਗੀਸ ਕਰਕੇ ਪਿਆ ਕਿਉਂਕਿ ਇਸ ਮਿਸਲ ਦੇ ਜਿਹੜੇ ਨੇਤਾ ਸੀ ਗੁਲਾਬ ਸਿੰਘ ਹਨਾ ਮੋਰ ਸਿੰਘ ਇਹ ਐਨੇ ਅਫੀਮਚੀ ਸੀ ਕਿ ਇਹ ਪੰਗ ਅਫੀਮ ਜਿਹੜਾ ਸੀਗਾ ਖਾ ਪੀ ਕੇ ਪਏ ਰਹਿੰਦੇ ਸੀਗੇ ਅਤੇ ਅਤਿਆਚਾਰੀ ਸੀ ਬਹੁਤ ਹੀ ਜ਼ਿਆਦਾ ਗੰਦਾ سلوਕ ਕਰਦੇ ਸੀ ਆਲੂ ਵਾਲੀਆ ਮਿਸਲ ਜਿਹੜੀ ਸੀ ਜੱਸਾ ਸਿੰਘ ਆਲੂ ਵਾਲਿਆ ਨੇ ਸਟਾਰਟ ਕੀਤੀ ਅਤੇ ਜਲੰਧਰ ਦੁਆਬਾਰੀ ਦੁਆਬ ਤੇ ਇਲਾਕੇ ਤੇ ਕਬਜ਼ਾ ਕਰਕੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਅਤੇ ਆਲੂ ਵਾਲੀਆ ਮਿਸਲ ਦੀ ਰਾਸਥਾਨੀ ਕਪੂਰ ਥੱਲਾ ਸੀ ਜਦੋਂ ਜੱਸਾ ਸਿੰਘ ਆਲੂ ਵਾਲਿਆ ਦੀ ਮੌਤ ਹੋ ਗਈ ਤਾਂ ਭਾਕ ਸਿੰਘ ਫਤੇ ਸਿੰਘ ਆਲੂ ਵਾਲਿਆ ਨੇ ਇਸ ਮਿਸਲ ਦੀ ਪ੍ਰਧਾਨਗੀ ਕੀਤੀ ਜਿਸ ਸਾਧ ਸਿੰਘ ALU ਵਾਲੀਆ ਜਿਹੜਾ ਸੀ ALU ਵਾਲੀਆ ਮਿਸਲ ਦਾ ਸੰਸਥਾਪਕ ਸੀ ਦਲ ਖਾਲਸਾ ਦਾ ਸਰਬਉੱਚ ਸੈਨਾਪਤੀ ਸੀ ਅਤੇ ਨਾਲ ਹੀ ਇਸ ਨੇ 764 ਵਿੱਚ ਲਾਹੌਰ ਤੇ ਵੀ ਕਬਜ਼ਾ ਕੀਤਾ ਸੀ RAM ਗੜੀਆਂ ਮਿਸਲ ਦਾ ਮੋਢੀ ਸੀਗਾ ਖੁਸ਼ਾਲ ਸਿੰਘ ਮਿਸਲ ਦਾ ਸਭ ਤੋਂ ਪ੍ਰਸਿੱਧ ਆਗੂ ਜਸਾ ਸਿੰਘ RAM ਗੜੀਆਂ ਸੀ ਤੇ ਬਾਰੀ ਦੋਆਬ ਜਲੰਧਰ ਦੋਆਬ ਦੇ ਕੁਝ ਪ੍ਰਦੇਸ਼ਾਂ ਨੂੰ ਇਹਨਾਂ ਨੇ ਆਪਣੇ ਅਧੀਨ ਕੀਤਾ ਅਤੇ ਰਾਸਥਾ ਨਿਰਖੇ ਸ਼੍ਰੀ ਹਰਿ ਗੋਪਿੰਦਪੁਰ ਜਸਾ ਸਿੰਘ RAM ਗੜੀਆਂ ਦੀ ਮੌਤ ਤੋਂ ਬਾਅਦ ਸਰਦਾਰ ਜੋਤ ਸਿੰਘ ਨੇ ਇਸ ਮਿਸਲ ਦੇ ਗੁਆਇ ਕਿੱਤੀ ਠੀਕ ਹੈ ਤੇ ਜਸਾ ਸਿੰਘ ਰਾਮਗੜੀਆ ਬਾਰੇ ਅੱਪਾ ਹੋਰ ਪੜਾਂਗੇ ਜਸਾ ਸਿੰਘ ਰਾਮਗੜੀਆ ਰਾਮਗੜੀਆ ਮਿਸਲ ਦਾ ਸਭ ਤੋਂ ਸ਼ਕਤੀਸ਼ਾਲੀ ਸਰਦਾਰ ਬਹੁਤ ਉਸਨੇ ਜਿਹੜੀ ਸੀ ਆਪਣੀ ਮਿਸਲ ਦਾ ਰਾਮਗੜੀਆ ਮਿਸਲ ਦਾ ਵਿਸਤਾਰ ਕੀਤਾ ਠੀਕ ਹੈ ਰਾਮ ਰੌਣੀ ਨਾਮ ਦੇ ਕਿਲੇ ਦੀ ਜਦੋਂ ਮੁਰੰਮਤ ਕਰਾਈ ਤਾਂ ਉਹਦਾ ਨਾਮ ਰਾਮਗੜ ਰੱਖਤਾ ਠੀਕ ਹੈ ਰਾਮਗੜ ਤੋਂ ਹੀ ਰਾਮਗੜੀਆ ਇਹ ਪ੍ਰਸਿੱਧ ਹੋ ਗਏ ਇਹਨਾਂ ਦੀ ਮਿਸਲ ਦਾ ਨਾਮ ਕਲਾਨੌਰ ਬਟਾਲਾ ਹਰ ਗੋਬਿੰਦਪੁਰ ਕਾਦੀਆਂ ਦੀ ਪਾਲਪੁਰ ਕਰਤਾਰਪੁਰ ਹਰੀਪੁਰ ਆਦਿ ਦੇ ਪ੍ਰਦੇਸ਼ ਜਿਹੜੇ ਸੀ ਕਿ ਇਸਨੇ ਜਿੱਤੇ ਅਤੇ ਹਰ ਗੋਬਿੰਦਪੁਰ ਨੂੰ ਰਾਜਤਾ ਨਹੀਂ ਜਿਹੜੀ ਸੀਗੀ ਉਹ ਨਿਕਟ ਕੀਤਾ ਸ਼ੁਕਰ ਚੱਕੀਆ ਮਿਸਲ ਦਾ ਮੋਢੀ ਸਰਦਾਰ ਚੜ੍ਹ ਸਿੰਘ ਜਿਹੜਾ ਕੀਹ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸੀ ਠੀਕ ਹੈ ਬਹੁਤ ਬਹਾਦਰ ਯੋद्धा ਉਸਨੇ ਐਮਨਾਬਾਦ ਗੁਜਰਾਵਾਲਾ ਸਿਆਲਕੋਟ ਵਜੀਰਾਵਦ ਚੱਕਵਾਲ ਜਲਾਲਪੁਰ ਸੂਲਪੁਰ ਇਹ ਸਾਰੇ ਇਲਾਕੇ ਜਿਹੜੇ ਸੀਗੇ ਕਬਜ਼ੇ 'ਚ ਕਿਤੇ ਫਿਰ ਉਸਦੇ ਇਲਾਕੇ ਰਚਨਾ ਤੇ ਚੱਜ ਦੋਆਬ ਵਿੱਚ ਵੀ ਸੀ ਰਾਜਸਤਾਨੀ ਇਹਨਾਂ ਦੀ ਗੁਜਰਾਵਾਲਾ ਉਸ ਤੋਂ ਬਾਅਦ ਮਹਾ ਸਿੰਘ ਠੀਕ ਹੈ ਚੜ੍ਹ ਸਿੰਘ ਤੋਂ ਬਾਅਦ ਮਹਾ ਸਿੰਘ ਠੀਕ ਹੈ ਮਹਾ ਸਿੰਘ ਤੋਂ ਬਾਅਦ ਰਣਜੀਤ ਸਿੰਘ ਰਣਜੀਤ ਸਿੰਘ ਨੇ ਲਾਹੌਰ ਦੇ ਉੱਤੇ ਜਿਹੜਾ ਸੀਗਾ 1799 ਦੇ ਵਿੱਚ ਕਬਜ਼ਾ ਕਰ ਲਿਆ ਜੋ ਕਿ ਇਹਨਾਂ ਦਾ ਬਹੁਤ ਪੁਰਾਣਾ ਡ੍ਰੀਮ ਸੀ। ਮਹਾ ਸਿੰਘ ਚੜ੍ਹ ਸਿੰਘ ਦਾ ਜਿਹੜਾ ਸੀਗਾ ਮੁੰਡਾ ਸੀਗਾ ਠੀਕ ਹੈ ਰਣਜੀਤ ਸਿੰਘ ਦਾ ਫਾਦਰ ਸੀ ਇਹ 1774 ਦੇ ਵਿੱਚ ਆਗੂ ਬਣਿਆ। ਸ਼ੁਕਰ ਚੱਕੀਆ ਮਿਸਲ ਦਾ ਬੜੀ ਯੋਗਤਾ ਨਾਲ ਅਗਵਾਈ ਕੀਤੀ ਰਸੂਲ ਨਗਰ ਅਲੀਪੁਰ ਮਲਤਾਨ ਮਾਵਲਪੁਰ ਦੇ ਪਰਦੇਸ ਜਿੱਤੇ ਅਤੇ ਇੱਕ ਮਹਾਨ ਸ਼ਾਸਕ ਸੀ। ਉਸ ਤੋਂ ਬਾਅਦ ਤੁਸੀਂ ਰਣਜੀਤ ਸਿੰਘ ਦੇ ਬਾਰੇ ਲਿਖ ਸਕਦੇ ਹੋ ਠੀਕ ਹੈ। ਤੇ ਕਨਈਆ ਮਿੱਥਲ ਜੈ ਸਿੰਘ ਕਨਈਆ ਇਸ ਦਾ ਮੋਢੀ ਸੀ ਮੁਕੇਰੀਆਂ ਗੁਰਦਾਸਪੁਰ ਪਠਾਨਕੋਟ ਹਾਜੀਪੁਰ ਕਾਂਗੜੇ ਦੇ ਇਲਾਕੇ ਇਹਨਾਂ ਨੇ ਆਪਣੇ ਅਧੀਨ ਕੀਤੇ ਬਹੁਤ ਬਾਦੜ ਸੀ ਅਤੇ ਉਸ ਨੇ ਪੋਤਰੀ ਮਹਿਤੋ ਆਪਕੋਰ ਦਾ ਵਿਆਹ ਜਿਹੜਾ ਸੀ ਰਣਜੀਤ ਸਿੰਘ ਨਾਲ ਕੀਤਾ ਅਤੇ ਜੈ ਸਿੰਘ ਤੋਂ ਬਾਅਦ ਦੇ ਵਿੱਚ ਸਦਾਕੌਰ ਜਿਹੜੀ ਸੀ ਇਸ ਮਿਸਲ ਦੀ ਸਰਦਾਰ ਬਣੀ ਜੋ ਕਿ ਜੋ ਕਿ ਕਿਸੇ ਦੀ ਨੂੰਹ ਸੀ ਠੀਕ ਹੈ ਗੁਰਬਖਸ਼ ਸਿੰਘ ਇਹਦਾ ਮੁੰਡਾ ਸੀ ਉਹ ਤਾਂ ਮਾਰਿਆ ਗਿਆ ਸੀਗਾ ਠੀਕ ਹੈ ਤੇ ਇਸ ਦੀ ਨੂੰਹ ਜੈ ਸਿੰਘ ਤੋਂ ਬਾਅਦ ਜਿਹੜੀ ਸੀ ਸਦਾਕੌਰ ਇਸ ਦੀ ਨੂੰਹ ਜਿਹੜੀ ਸੀ ਮਿਸਲ ਦੀ ਸਰਦਾਰ ਬਣੀ ਫੁਲਕੀਆਂ ਮਿਸਲ ਜਿਹੜੀ ਸੀ ਫੂਲ ਸਿੰਘ ਨਾਮੀ ਜੱਟ ਨੇ ਜਿਹੜੀ ਸੀ ਸਟਾਰਟ ਕੀਤੀ ਸੀ ਪਟਿਆਲਾ ਨਾਬਾ ਜੀ ਦੇ ਤਿੰਨ ਜਿਹੜੇ ਸੀ ਪ੍ਰਦੇਸ਼ ਸ਼ਾਮਲ ਸੀ ਅਤੇ ਪਟਿਆਲਾ ਦੇ ਪ੍ਰਸਿੱਧ ਫੁਲਕੀਆਂ ਸਰਦਾਰ ਸੀ ਬਾਬਾ ਆਲਾ ਸਿੰਘ ਅਮਰ ਸਿੰਘ ਅਤੇ ਸੈਪ ਸਿੰਘ ਨਾਬਾ ਦੇ ਹਮੀਰ ਸਿੰਘ ਜਸਵੰਤ ਸਿੰਘ ਜੀ ਦੇ ਗਜਪਤ ਸਿੰਘ ਅਤੇ ਭਾਕ ਸਿੰਘ ਸਦਾ ਕੋਰ ਕੌਣ ਸੀ ਕਨਿਆ ਵਿਸਲਦੀ ਸਰਦਾਰ ਰਣਜੀਤ ਸਿੰਘ ਦੀ ਸੱਸ ਅਤੇ ਜਿੰਨੀਆਂ ਵੀ ਲੜਾਈਆਂ ਨੇ ਪਹਿਲੀਆਂ-ਪਹਿਲੀਆਂ ਜਿੱਤੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਸਾਰੀਆਂ ਵਿੱਚ ਜਿਹੜਾ ਸੀਗਾ ਸਦਾਕੌਰ ਦਾ ਹੱਥ ਸੀ ਕਿਉਂਕਿ ਇਹ ਨਾਲ ਹੀ ਕਮਾਂਡ ਵੀ ਦਿੰਦੀ ਸੀ ਪਲੱਸ ਜਿਹੜਾ ਸੀਗਾ ਇਹ ਹੈਂਡਲ ਵੀ ਕਰਦੀ ਸੀਗੀ ਸੈਨਾਵਾਂ ਨੂੰ ਠੀਕ ਹੈ ਬਹੁਤ ਹੀ ਜ਼ਿਆਦਾ ਦਿਮਾਗੀ ਹੋਰ ਸੀ ਚਲਾਕ ਚੁਸਤ ਹੋਰ ਸੀ ਯੋਗ ਸੀ ਪਰ ਬਾਅਦ ਵਿੱਚ ਜਦੋਂ ਇਹਨਾਂ ਦੇ ਸਬੰਧ ਵਿਗੜ ਗਏ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਕਾਦਵੀ ਕਰ دیا۔ ਕਰੋੜ ਸਿੰਘ ਜਿਹੜੀ ਮਿਸਲ ਹੈਗੀ ਹੈ ਇਹ ਕਰੋੜਾ ਸਿੰਘ ਨੇ ਚਲਾਈ ਸੀ ਠੀਕ ਹੈ ਤਾਂ ਉਸ ਦੇ ਨਾਮ ਤੋਂ ਕਰੋੜ ਸਿੰਘ ਜੀਆ ਮਿਸਲ ਬਣੀ ਹੈ ਤੇ ਬਘੇਲ ਸਿੰਘ ਐਸਾ ਪ੍ਰਸਿੱਧ ਨੇਤਾ ਸੀ ਉਸ ਨੇ ਨਵਾਂ ਸ਼ਹਿਰ ਹੋ ਗਿਆ ਬੰਗਾ ਦੇ ਇਲਾਕੇ ਜਿਹੜੇ ਸੀਗੇ ਉਹਨਾਂ ਤੇ ਕਬਜ਼ਾ ਕੀਤਾ ਅਤੇ ਉਸ ਦਾ ਜਿਹੜਾ ਉੱਤਰਾਧਿਕਾਰੀ ਹੋਇਆ ਜੋ ਸਿੰਘ ਉਸ ਨੇ ਮਾਲਵੇ ਦੇ ਇਲਾਕੇ ਕਾਫੀ ਸਾਰੇ ਜਿੱਤ ਲਏ ਤਾਂ ਮਿਸਲਾਂ ਦਾ ਰਾਜ ਪ੍ਰਬੰਧ ਮਿਸਲ ਨੂੰ ਚਲਾਉਣ ਵਾਲੇ ਮਿਸਲ ਸਰਦਾਰ ਹੁੰਦੇ ਸੀਗੇ ਕਈ ਮਿਸਲਦਾਰ ਹੁੰਦੇ ਸੀ ਕਈ ਜਿਹੜੇ ਸੀ ਹਰ ਇੱਕ ਮਿਸਲ ਬੜੇ سارے ਜ਼ਿਮੇਵਾਰੀਆਂ ਚ ਵੰਡੀ ਹੁੰਦੀ ਸੀ ਅਤੇ ਸਭਤੀ ਛੋਟੀ ਇਕਾਈ ਜਿਹੜੀ ਸੀ ਪਿੰਡ ਹੁੰਦੀ ਸੀ ਪਿੰਡਾਂ ਦੇ ਵਿੱਚ ਹੀ ਜਿਹੜੇ ਸੀਗੇ ਪੰਚ ਹੁੰਦੇ ਸੀ ਪੰਚਾਇਤਾਂ ਹੁੰਦੀਆਂ ਸੀ ਜਿਹੜੇ ਕੀ ਫੈਸਲੇ ਕਰਦੇ ਸੀ ਨਿਆਹ ਪਰਮੰਧ ਬਿਲਕੁਲ ਸਧਾਰਨ ਸੀ ਅਤੇ ਗੁਰਮਤੇ ਨੂੰ ਇਹ ਸਾਰੇ ਫੋਲੋ ਕਰਦੇ ਸੀ ਸਿਰਬੱਤ ਖਾਲਸਾ ਦੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਮੀਟਿੰਗਸ ਹੁੰਦੀਆਂ ਸੀ ਉਥੇ ਦੀਵਾਲੀ ਤੇ ਵਿਸਾਖੀ ਤੇ ਜਾਂਦੇ ਹੁੰਦੇ ਸੀ ਕਈ ਵਾਰ ਬਸੰਤ ਪੰਚਮੀ ਤੇ ਵੀ ਜਾਂਦੇ ਹੁੰਦੇ ਸੀ ਅਤੇ ਗੁਰਮਤਾ ਯਾਨੀ ਕਿ ਗੁਰੂ ਦੀ ਰਾਏ ਮਿਸਲਾਂ ਦੀ ਕੈਂਡੀ ਦੀ ਸੰਸਥਾ ਸੀ ਅਤੇ ਗੁਰੂ ਦੀ ਆਗਿਆ ਜਿਹੜੀ ਸੀ ਇਹ ਮੰਨਦੇ ਹੁੰਦੇ ਸੀ ਸਰਬੱਤ ਖਾਲਸਾ ਸਮੂਚੀ ਸੰਗਤ ਤੋਂ ਭਾਵ ਹੈ ਸਿੱਖਾਂ ਦੀ ਸਰਵਉੱਚ ਅਦਾਲਤ ਮੰਨਿਆ ਜਾਂਦਾ ਸੀ ਸਿੱਖਾਂ ਦੇ ਆਪਸੀ ਝਗੜੇ ਮਿਸਲਾਂਾਂ ਦੇ ਠੀਕ ਹੈ ਮਿਸਲਾਂਾਂ ਦੇ ਜਿਹੜੇ ਝਗੜੇ ਸੀ ਆਪਸ ਵਿੱਚ ਕੋਈ ਮਿਸਲ ਦੇ ਠੀਕ ਹੈ ਤਾਂ ਇਹ ਸਰਬੱਤ ਖਾਲਸਾ ਚ ਸੁਲਝਾਏ ਜਾਂਦੇ ਸੀ ਅਤੇ ਫੈਸਲਾ ਕਰਨ ਲਈ ਅਕਾਲ ਤਖਤ ਅੰਮ੍ਰਿਤਸਰ ਵਿੱਚ ਇਕੱਠ ਘੱਟਾ ਹੁੰਦਾ ਸੀ ਅਤੇ ਸਾਰੇ ਸਿੱਖ ਇਸ ਦੀ ਪਾਲਣਾ ਕਰਦੇ ਸੀ ਬਾਬਾ ਆਲਾ ਫੁਲਕੀਏ ਚ ਮਿਸਲ ਦਾ ਸੰਸਥਾਪਕ ਸੀ ਪਟਿਆਲੇ ਚ ਬਰਨਾਲਾ ਨੂੰ ਆਪਣੀ ਰਾਸਤਾ ਨਹੀਂ ਬਣਾਇਆ ਐਮਾ ਸ਼ਾਹ ਅਬਦਾਲੀ ਨੇ ਉਸ ਨੂੰ ਸਰਹੰਦੇ ਦਾ ਸੂਬੇਦਾਰ ਨਿਯੁਕਤ ਕੀਤਾ 765 ਵਿੱਚ ਇਸ ਨੇ ਆਪਣੀ ਮਿਸਲ ਦਾ ਵੀ ਬਾਬਾ ਆਲਾ ਨੇ ਵਿਸਤਾਰ ਕੀਤਾ ਪਲੱਸ ਇਹ ਚੰਗੀ ਤਰ੍ਹਾਂ ਸੰਗਠਿਤ ਵੀ ਕੀਤਾ ਜਿਹੜੀ ਸੈਨਾ ਸੀ ਗੁਰਮਤਾ ਗੁਰੂ ਦੀ ਰਾਏ ਗੁਰੂ ਦਾ ਫੈਸਲਾ ਗੁਰੂ ਦਾ ਮਤ ਠੀਕ ਹੈ ਕੇਂਦਰੀ ਸੰਸਥਾ ਸੀ ਸਿੱਖ ਮਿਸਲਾਂ ਦੀ ਅਤੇ ਗੁਰੂ ਸਾਹਿਬ ਸੋਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਰਬੱਤ ਖਾਲਸਾ ਦੁਆਰਾ ਜੋ ਫੈਸਲੇ ਲਈ ਜਾਂਦੇ ਸੀ ਉਸ ਨੂੰ ਗੁਰਮਤਾ ਕਿਹਾ ਜਾਂਦਾ ਸੀ ਤੇ ਨਾਲ ਹੀ ਇਹ ਗੁਰੂ ਦਾ ਹੁਕਮ ਤੌਰ ਦੇ ਉੱਤੇ ਮੰਨਿਆ ਜਾਂਦਾ ਸੀ ਜਿੰਨੇ ਵੀ ਸਿੱਖ ਪੰਥ ਦੇ ਫੈਸਲੇ ਸੀ ਰਾਜਨੀਤਿਕ ਸਮਾਜਿਕ ਧਾਰਮਿਕ ਇਹ ਸਾਰੇ ਗੁਰਮਤੇ ਨਾਲ ਹੀ ਪਾਸ ਹੁੰਦੇ ਸੀ ਤਾਂ ਗੁਰਮਤੇ ਦੇ ਕੰਮ ਜਿਹੜੇ ਹੈਗੇ ਆਪਾਂ ਕਰ ਚੁੱਕੇ ਹਾਂ ਉੱਪਰ ਆਰਾਖੀ ਪ੍ਰਥਾ ਕੀ ਸੀ ਕਿ ਪੰਜਾਬ 'ਚ ਸਟਾਰਟ ਕੀਤੀ ਗਈ ਸੀ ਸਿੱਖ ਮਿਸਲਾਂ ਦੇ ਸਮੇਂ ਇਹਦੇ ਵਿੱਚ ਕੀ ਹੁੰਦਾ ਸੀਗਾ ਕਿ ਪਿੰਡ ਪਿੰਡਾਂ ਨੂੰ ਸਿੱਖ ਵਿਦੇਸ਼ੀ ਹਮਲਾਵਰ ਅਤੇ ਸਰਕਾਰੀ ਕਾਨੂੰਚਾਰੀਆਂ ਦੁਆਰਾ ਕੀਤੀ ਜਾਣ ਵਾਲੀ ਲੁੱਟ ਖਸੁੱਟ ਤੋਂ ਬਚਾਉਂਦੇ ਸੀ ਠੀਕ ਹੈ ਅਤੇ ਜੀਵਨ ਲੋਕਾਂ ਦਾ ਸੁਰੱਖਿਅਤ ਕਰ ਲੈਂਦੇ ਸੀ ਮਤਲਬ ਜਿਹੜੇ ਪਿੰਡਾਂ 'ਚ ਵਿਦੇਸ਼ੀ ਹਮਲਾਵਰ ਆ ਕੇ ਲੁੱਟ ਖਸੁੱਟ ਕਰਦੇ ਸੀ ਤਾਂ ਇਹ ਜਿਹੜਾ ਸੀਗਾ ਇਹਨਾਂ ਨੇ ਰਾਖੀ ਕਰਨੀ ਸਟਾਰਟ ਕਰ ਦਿੱਤੀ ਸੀ ਮਿਸਲਾਂ ਨੇ ਆਪਣੀ ਆਪਣੀ ਜਨਤਾ ਦੀ ਸ਼ੁਕਰਾਨਾ ਦੁਰਮਾਨਾ ਸ਼ੁਕਰਾਨਾ ਤੋਂ ਭਾਵ ਉਹ ਤਾਂ ਜਿਹੜਾ ਮੁਕਦਮਾ ਜਿੱਤਣ ਵਾਲੀ ਪਾਰਟੀ ਮਿਸਲ ਸਰਦਾਰ ਨੂੰ ਧੰਨਵਾਦ ਵਜੂ ਦਿੰਦੀ ਸੀ ਜੁਰਮਾਨਾ ਜਿਹੜਾ ਅਪਰਾਧੀਆਂ ਤੇ ਲਗਾਇਆ ਜਾਂਦਾ ਸੀ ਆਪਾਂ ਲੌਂਗ ਕੁਐਸ਼ਨ ਚ ਕਰ ਚੁੱਕੇ ਹਾਂ ਠੀਕ ਹੈ ਨਿਆ ਪ੍ਰਬੰਧ ਬਾਰੇ ਵੀ ਕਰ ਚੁੱਕੇ ਹਾਂ ਨਿਆ ਜਿਹੜੇ ਸੀ ਪ੍ਰਬੰਧ ਕੋਈ ਵੀ ਸਵਿਧਾਨ ਨਹੀਂ ਸੀ ਲਿਖਤੀ ਨਹੀਂ ਸੀ ਹੁੰਦੇ ਰੀਤੀ ਰਿਵਾਜ ਅਨੁਸਾਰ ਹਰੇਕ ਮਿਸਲ ਆਪਣੇ ਅਕੋਰਡਿੰਗ ਫੈਸਲਾ ਕਰਦਾ ਸੀਗਾ ਸਰਦਾਰ ਜਿਹੜਾ ਹੁੰਦਾ ਸੀ ਉੱਥੋਂ ਦਾ ਅਪਰਾਧੀਆਂ ਨੂੰ ਇੰਨੀ ਜਿਆਦਾ ਸਜ਼ਾਆਂ ਨਹੀਂ ਸੀ ਦਿੱਤੀਆਂ ਨਹੀਂ ਸਿਰਫ ਜੁਰਮਾਨਾ ਵਸੂਲਣਾ ਨਹੀਂ ਕਿਉਂਕਿ ਆਮਦਨ ਦਾ ਸਾਧਨ ਕਿਸੇ ਜੁਰਮਾਨਾ ਲੁੱਟੋ ਘੁੱਟ ਜਿਹੜੀ ਉਹ ਕਰਦੇ ਹੁੰਦੇ ਸੀ ਮੁਗਲਾਂ ਦਾ ਸਮਾਨ ਲੁੱਟ ਕੇ ਠੀਕ ਹੈ ਤੇ ਮਿਸਲ ਕਾਲ ਦੇ ਸ ਪਰਬੰਧ ਦੀ ਜਿਹੜੀ ਹੈ ਮੁੱਖ ਵਿਸ਼ੇਸ਼ਤਾਵਾਂ ਤਾਂ ਘੁਰਸਵਾਰ ਸੈਨਾ ਮਿੱਤਲ ਸੈਨਾ ਦੀ ਸਭ ਤੋਂ ਮਹੱਤਵਪੂਰਨ ਅੰਗ ਸੀ। ਪੈਦਲ ਸੈਨਾ 'ਚ ਬਹੁਤ ਘੱਟ ਲੋਕ ਭਰਤੀ ਹੁੰਦੇ ਸੀਗੇ, ਚੰਗਾ ਹੀ ਨਹੀਂ ਸੀ ਸਮਝ ਆਉਂਦਾ। ਫਿਰ ਇਹਨਾਂ ਨੇ ਕੀ ਹੈਗਾ ਕਿ ਛਾਪਾ ਮਾਰ, ਗੁਰਿੱਲਾ ਵਿਧੀ ਦੇ ਰਾਹੀਂ, ਮਤਲਬ ਲੁਕ-ਲੁਕ ਕੇ ਪਹਾੜਾਂ ਪਿੱਛੇ, ਜੰਗਲਾਂ ਦੇ ਵਿੱਚ ਤਾਂ ਰੁੱਖਾਂ ਦੇ ਚੜ ਕੇ ਗੁਰਿੱਲਾ ਟਾਈਪ ਦੇ ਵਿੱਚ ਇਹ ਜਿਹੜਾ ਹੈਗਾ ਦੁਸ਼ਮਣਾਂ 'ਤੇ ਹਮਲਾ ਕਰਦੇ ਸੀਗੇ ਅਤੇ ਸੈਨਿਕਾਂ ਦਾ ਕੋਈ ਵੇਰਵਾ ਨਹੀਂ ਸੀ ਰੱਖਿਆ ਜਾਂਦਾ, ਠੀਕ ਹੈ? ਸੋ ਏ ਸੀ ਅੱਜ ਤਾਂ ਵੀਡੀਓ, ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ, ਆਲ ਦਾ ਬੈਸਟ ਫੋਰ ਯੋਰ ਐਗਜ਼